ਪਾਇਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤਿਆ ਕੀ ਧਾਨ ਸਾਧਗੁਰੂ ਜਗਜੀਤ ਸਿੰਘ ਜੀ ਧਾਨ ਮਾਤਾ ਚੰਦਗੌਰ ਜੀ ਧਾਨ ਸਾਧਗੁਰੂ ਉਦੇਸ ਸਿੰਘ ਜੀ ਸਾਧ ਸੰਗਤ ਜੀ ਸਾਖੀ ਦਾ ਸੀ ਲੇਖ ਹੈ ਮਾਤਾ ਜੀ ਨੇ ਸਭ ਨੂੰ ਹਮੇਸ਼ਾ ਪਿਆਰ ਹੀ ਵੰਡਿਆ ਸਾਖੀ ਸੰਬੰਧੀ ਥੇ ਸੁਭਾ ਸੁਖਵਿੰਦਰ ਕੌਰ ਸੇਵਾ ਕਰਤ ਹੋਏ ਨਹੀ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਤੇ ਤਿਆਗ ਦੀ ਮੂਰਤ ਸਤਕਾਰਯੋਗ ਤਾਂ ਤਾਂ ਮਾਤਾ ਚੰਦ ਗੌਰ ਜੀ ਤੇ ਗੁਰਬਾਣੀ ਦੀ ਇਹ ਤੁਕ ਪੂਰੀ ਤਰ੍ਹਾਂ ਟੁਕਦੀ ਹੈ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਵੀ ਬਚਨ ਕਰਦੇ ਸਨ ਕਿ ਇਹ ਮੇਰੇ ਨਾਲੋਂ ਤਗੜੀ ਹੈ ਇਹ ਬਚਨ ਮੇਰੇ ਛੋਟੇ ਵੀਰ ਸੰਤ ਭੁਪਿੰਦਰ ਸਿੰਘ ਨਾਲ ਕੀਤਾ ਸੀ ਕਿ ਮਾਤਾ ਜੀ ਬੰਦਗੀ ਤੇ ਸੇਵਾ ਕਰਨ ਵਿੱਚ ਮੇਰੇ ਤੋਂ ਹੀ ਅੱਗੇ ਹਨ ਇਹ ਬਚਨ ਤੇ ਪੂਰਾ ਹੋਇਆ ਜੀ ਕਦੀ ਸਾਡੇ ਵਰਗਿਆ ਕਹਿਣਾ ਮਾਤਾ ਜੀ ਆਪ ਜੀ ਸਦਾ ਸੇਵਾ ਕਰਦੇ ਹੋ ਆਪ ਜੀ ਆਪਣੇ ਆਰਾਮ ਵਾਲ ਜਰਾ ਵੀ ਧਿਆਨ ਨਹੀਂ ਦਿੰਦੇ ਤੇ ਉਹਨਾਂ ਨੇ ਨੀਮਾ ਜਿਹਾ ਹੱਸ ਕੇ ਕਿਹਾ ਮੈਂ ਤੇ ਕੁਝ ਨਹੀਂ ਕਰਦੀ ਸੰਗਤ ਹੀ ਕਰਦੀ ਹੈ ਪਾਸ਼ਾ ਜੀ ਆਪੇ ਹੀ ਕਰਵਾ ਲੈਂਦੇ ਨੇ ਗੁਰਬਾਣੀ ਦੇ अनेका ਪ੍ਰਮਾਣ ਮਾਤਾ ਜੀ ਤੇ ਟੁਕਦੇ ਸਨ ਜਿਹੜੇ ਉਹਨਾਂ ਦੇ ਚਰਨਾਂ ਨਾਲ ਜੁੜੇ ਹੋਏ ਨਹੀਂ ਉਹਨਾਂ ਦੇ ਵੀ ਮਾਤਾ ਜੀ ਦੀਆਂ अनेका ਹੀ ਬਖਸ਼ਿਸ਼ਾਂ ਹੋਈਆਂ अनेका ਬਖਸ਼ਿਸ਼ਾਂ ਸਾਡੇ ਪਰਿਵਾਰ ਉੱਤੇ ਹੋਈਆਂ ਇਹਨਾਂ ਬਖਸ਼ਿਸ਼ਾਂ ਵਿੱਚੋਂ ਦੋ ਚਾਰ ਦਾ ਜ਼ਿਕਰ ਕਰਨਾ ਚਾਹਾਂਗੀ ਸੂਬਾ ਸੁਖਵਿੰਦਰ ਕੋ ਅਰਜੀ ਦਾਸ ਦੇ ਹਨ ਸ਼ਾਇਦ 1970 ਦੀ ਗੱਲ ਹੈ ਸਾਧਗੁਰ ਜੀ ਦਾ ਦੌਰਾ ਹੈਦਰਾਬਾਦ ਦਾ ਸੀ ਕਾਫੀ ਸੰਗਤ ਨਾਲ ਸੀਗੀ ਜਿਸ ਵਿੱਚ ਬੰਕਾਕ ਡਾਲਟਨ ਗੰਸ਼ੀ ਰਿਪੈਂਸਪ ਦੋ ਰਾਗੀ ਜਥਾ ਕਹਾਤਾ ਵਿੱਚ ਦਿੱਲੀ ਤੋਂ ਵੀ ਅਤੇ ਮੇਰੇ ਮਾਤਾ ਵੀਬੀ ਬਵੰਜੀਤ ਕੌਰ ਅਤੇ ਪਿਤਾ ਸਰਦਾਰ ਸੇਵਾ ਸਿੰਘ ਟੈਂਟਾ ਵਾਲੇ ਹੁਣ ਫਨ ਐਂਡ ਫੂਡ ਵਾਲੇ ਹਨ ਛੋਟੇ ਦੋ ਭਰਾ ਅਤੇ ਭੈਣ ਦਰਨਜੀਤ ਕੌਰ ਵੀ ਨਾਲ ਸਨ ਸਭ ਨੇ ਆਕੇ ਸਾਰਗੁਰਜੀ ਨੇ ਮਾਤਾ ਜੀ ਨੂੰ ਮੱਥਾ ਟੇਕ ਕੇ ਖੁਸ਼ੀਆਂ ਲਈਆਂ ਮਾਤਾ ਜੀ ਦੀ ਮਿੱਠੀ ਜਿਹੀ ਮੁਸਕਾਨ ਨੇ ਉਹਨਾਂ ਦੇ ਸਫ਼ਰ ਦੀ ਥਕਾਵਟ ਲਾ ਦਿੱਤੀ ਮੇਰੀ ਮਾਤਾ ਨੇ ਕਿਹਾ ਇਹ ਸਦਾ ਮੁਸਕੁਰਾ ਕੇ ਕਿਰਪਾ ਕਰਦੇ ਹਨ ਜਦੋਂ ਇਹ ਸੇਵਾ ਕਰਨ ਲੱਗ ਜਾਂਦੇ ਹਨ ਅਸੀਂ ਵੀ ਇਹਨਾਂ ਦੇ ਨਾਲ ਲੱਗ ਜਾਂਦੀਆਂ ਹਾਂ ਬੀਲੀਓ ਤੁਰਦੇ ਦੋ ਰਾਤਾਂ ਤੇ ਤਿੰਨ ਕੁ ਦਿਨ ਦਾ ਲੰਬਾ ਸਫ਼ਰ ਹੁੰਦਾ ਸੀ ਗਰਮੀ ਵੀ ਜੋਰਾ ਤੇ ਸੀ ਅੰਬਾਰੀ ਬਹਾਰ ਸੀ ਹైదరాబాద్ ਦੇ ਰਸਾਲ ਲੰਬਾ ਦੀ ਵਾਰੀ ਕਿਰਪਾ ਕਰਕੇ ਸੀ ਸਾਧਗੁਰ ਜਗਜੀਤ ਸਿੰਘ ਜੀ ਸਾਡੀ ਅਰਜ਼ ਮੰਨ ਕੇ ਸਾਨੂੰ ਦਰਸ਼ਨ ਦੇਣ ਆਉਂਦੇ ਸੀ ਸੀ ਸਾਧਗੁਰ ਜੀ ਤੇ ਕੁਝ ਕੁ ਸ਼ਰੀਰ ਤੇ ਗੁਰੂ ਪਰਿਵਾਰ ਨੇ ਹੀ ਰਸਤੇ ਵਿੱਚ ਗਵਾਲੀਅਰ ਪੋਪਾਲ ਚਾਂਸੀ ਬिलासपुर ਸੰਗਤ ਨੂੰ ਦਰਸ਼ਨ ਦੇਂਦੇ ਹੋਏ ਹైదరాబాద్ ਦੀ ਧਰਤੀ ਨੂੰ ਪਾਗ ਲਾਇਆ ਕਿਰਪਾ ਕੀਤੀ ਤੇ ਦਰਸ਼ਨ ਦਿੱਤੇ ਰਸਤੇ ਵਿੱਚ ਸਭ ਥਾਵਾਂ ਤੇ ਸੰਗਤ ਸੇਵਾ ਅਤੇ ਦਰਸ਼ਨ ਕਰਕੇ ਨਿਹਾਲ ਸੀ ਬੀਬੀ ਜੀ ਸਭ ਦੀ ਬੜੀ ਤਾਰੀਫ ਕਰਨ ਕੀ ਸੰਗਤ ਬੜੀ ਖੁਸ਼ ਹੋ ਕੇ ਸੇਵਾ ਵੀ ਬੜੀ ਕਰ ਰਹੀ ਹੈ ਸੋ ਹైਦਰਾਬਾਦ ਤਾਨਸਾ ਗੁਰ ਜਗਜੀਤ ਸਿੰਘ ਜੀ ਦੀ ਕਿਰਪਾ ਕਰਕੇ ਡੇਰਾ ਆਪਣੇ ਘਰ ਹੀ ਰੱਖਦੇ ਸਨ ਮੇਰੇ ਸੋਰਾ ਪੀਤਾ ਸਰਦਾਰ ਸੰਤੋਖ ਸਿੰਘ ਜੀ ਪਾਸ਼ਾ ਜੀ ਦੇ ਸੇਪਾਠੀ ਰਹੇ ਸਨ ਬਚਪਨ ਵਿੱਚ ਸ਼੍ਰੀ ਭੈਣੀ ਸਾਹਿਬ ਬੜੀ ਕਿਰਪਾ ਸੀ 3-4 ਦਿਨ ਘਰ ਵਿੱਚ ਚੰਗਾ ਮੇਲਾ ਬਣਿਆ ਰਿਹਾ ਵਾਪਸ ਪਹੁੰਚ ਕੇ ਬੀਜੀ ਜੀ ਕਿਆ ਮਾਤਾ ਜੀ ਬੜੀ ਸੇਵਾ ਕੀਤੀ ਹੈ ਸੰਗਤ ਨੇ ਮਾਤਾ ਜੀ ਨੇ ਬਚਨ ਕੀਤਾ ਤੇ ਮੇਰੇ ਬੀਜੀ ਨੂੰ ਵਾਰ ਦਿੱਤਾ ਤੇਰੇ ਤੇ ਸਭ ਤੋਂ ਜ਼ਿਆਦਾ ਕਿਰਪਾ ਹੈ ਸਾਰੇ ਤੇਰੇ ਪਿੱਛੇ ਹਨ ਦੂਜੀ ਵਾਰਤਾ ਹੈ ਦਿੱਲੀ ਕੁਵਾਰੀ ਮੈਂ ਵੀ ਨਾਲ ਸਾਂ ਦਰਸ਼ਨ ਕਰਨ ਗਈ ਰਮੇਸ਼ ਨਗਰ ਮਾਤਾ ਜੀ ਉਗਰਾਹੀ ਕਰਦੇ ਸਨ ਆਪ ਖੁਸ਼ ਸਨ ਤੇ ਸੰਗਤ ਵਿੱਚ ਪੁੱਛਨ ਤੇ ਆਪ ਨੇ ਦੱਸਿਆ ਕਿ ਇੱਕ ਵਾਰੀ ਸਾਧਗੁਰ ਜੀ ਹੁਕਮ ਕਰ ਗਏ ਸਨ ਕਿ ਦੇਗਾਰੇ ਛੋਟੇ ਹਨ ਉਗਰਾਹੀ ਇਕੱਠੀ ਕਰਕੇ ਰੱਖਣੀ ਸ਼੍ਰੀ ਪੈਣੀ ਸਾਹਿਬ ਲਈ ਫੇਰ ਮਾਤਾ ਜੀ ਆਪ ਉੱਠੇ ਉਗرائی ਲਾਈ ਕਿਰਪਾ ਕਰਨੀ ਸੀ ਅਸੀਂ ਪਿੱਛੇ ਬੈਠੇ ਸਾਂ ਮਾਸੀ ਜੀ ਬਲਕਾਰ ਤੇ ਦੱਸੇ ਜਦੋਂ ਮਾਤਾ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ ਤੇ ਬਚਨ ਕੀਤਾ ਇੱਥੇ ਤੇ ਸੇਠਾਣੀਆਂ ਬੈਠੀਆਂ ਹਨ ਹੋਰ ਕਿਸੇ ਕੋਲੋਂ ਲੋੜ ਹੀ ਨਹੀਂ ਉਗرائی ਦੀ ਸੋ ਵਾਰ ਪੂਰੇ ਹੋਏ ਮਾਤਾ ਜੀ ਦੀ ਬਖਸ਼ਿਸ਼ ਨਾਲ ਸੁੱਖ ਮਿਲਿਆ ਮੇਰੀ ਤੀਜੀ ਵਾਰਤਾ ਹੈ ਮੇਰੀ ਛੋਟੀ ਭੈਣ ਮੋਣੀ ਡਾਕਟਰ ਖਰਬੰਨਾ ਦੇ ਘਰ ਕਾਫੀ ਸਾਲ ਬੱਚਾ ਨਹੀਂ ਹੋਇਆ ਤੇ ਕਿਸੇ ਘਰ ਬੰਕੋਕ ਮੁੰਡਾ ਹੋਣ ਤੇ ਪ੍ਰਸ਼ਾਦੇ ਬਣਾਉਂਦਿਆਂ ਸਭ ਮਾਤਾ ਜੀ ਨੂੰ ਵਧਾਈ ਦੇ ਰਹੇ ਸਨ ਮੇਰੀ ਬੀਜੀ ਨੇ ਅਰਜ਼ੀ ਕੀਤੀ ਲੋਕਾਂ ਨੂੰ ਮੁੰਡੇ ਦੇਂਦੇ ਹੋ ਮੇਰੀ ਮੋਣੀ ਘਰ ਕੁੜੀ ਦੇ ਦਿਓ ਤੇ ਮਾਤਾ ਜੀ ਦਾ ਮਨ ਪਾਰ ਆਇਆ ਮੈਂ ਉਦੋਂ ਵੀ ਨਾਲ ਹੀ ਸਾਂ ਮਾਤਾ ਜੀ ਬਚਨ ਕੀਤਾ ਤੇ ਜਾਚ ਵੀ ਦੱਸੀ ਭਾਈ ਗੁਰਦਾਸ ਜੀ ਵਰਗਾ ਸਿੱਖ ਹੋਵੇ ਤਾਂ ਸਤਿਗੁਰੂ ਜੀ ਕੋਲੋਂ ਚੋਲੀ ਵੱਡੀ ਕਰਕੇ ਮੰਗੀਦਾ ਹੈ ਮੰਗਣਾ ਵੀ ਤੇ ਫਿਰ ਚੋਲੀ ਛੋਟੀ ਕਿਉਂ ਤੇ ਬੀਜੀ ਨੂੰ ਹੌਸਲਾ ਵੀ ਦਿੱਤਾ ਕਿ ਸਾਡੀ ਡਾਕਟਰ ਨਹੀਂ ਘਰ ਮੁੰਡਾ ਹੋਵੇਗਾ ਤੂੰ ਫਿਕਰ ਕਿਉਂ ਕਰਦੀ ਏ ਸੋ ਬਖਸ਼ੀਸ਼ ਸੋ ਬਖਸ਼ੀਸ਼ ਪੂਰੀ ਹੋਈ ਹੁਣ ਪੁੱਤਰੇ ਪੁੱਤਰੀ ਹਨ ਅੱਗੋਂ ਪਰਿਵਾਰ ਵਿੱਚ ਇੱਕ ਹੋਰ ਵਾਰਤਾ ਹੈ ਸਰਦਾਰ ਜੀ ਯਾਨੀ ਸੰਤ ਬਲਵਿੰਦਰ ਪਾਲ ਸਿੰਘ ਦੇ ਜਾਣ ਤੋਂ ਬਾਅਦ ਉਦਾਸੀ ਸੀ ਚੰਗੇ ਹਾਲਾਤ ਮਾਤਾ ਜੀ ਦੀ ਕਿਰਪਾ ਨਾਲ ਹੀ ਬਣੇ ਹਨ ਦਾਸੀ ਪਾਸ਼ਾ ਜੀ ਦੀ ਕੋਠੀ ਵਿੱਚ ਸੱਚੇ ਪਾਸ਼ਾ ਜੀ ਜਦੋਂ ਉੱਠਣ ਤੇ ਚਰਣਾ ਵਿੱਚ ਅਰਜ ਕਰਕੇ ਜਾਣ ਦੀ ਉਡੀਕ ਵਿੱਚ ਬੈਠੀ ਹੋਈ ਸਾਂ ਕਾਫੀ ਟਾਈਮ ਲੰਘ ਗਿਆ ਸੀ ਇੱਕ ਦੋ ਵਾਰੀ ਸੇਵਕਾਂ ਕਿਆ ਸੇਵਕਾਂ ਕਿਆ ਵੀ ਪਤਾ ਨਹੀਂ ਸੱਚੇ ਪਾਸ਼ਾ ਜੀ ਕਦੋਂ ਉੱਠਣ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤੇ ਅਰਜ਼ ਕਰਕੇ ਹੀ ਜਾਣਾ ਹੈ ਮਾਤਾ ਜੀ ਫੇਰ ਆਏ ਤੇ ਕਿਹਾ ਤੁਸੀਂ ਗਏ ਨਹੀਂ ਮਾਤਾ ਜੀ ਪਾਸ਼ਾ ਜੀ ਲਈ ਆਏ ਆਏ ਸੰ ਤੇ ਮੇਰੀ ਅਰਜ਼ ਵੀ ਕਰਾਂ ਤੇ ਸੁਣਨ ਆਏ ਸੰ ਮੈਂ ਸਾਰੀ ਅਰਜ਼ ਕੀਤੀ ਮਾਤਾ ਜੀ ਕਲਾਵੇ ਵਿੱਚ ਲੈ ਕੇ ਹੁਕਮ ਕੀਤਾ ਤੁਸੀਂ ਜਾਓ ਤੇ ਅਰਦਾਸ ਕਰਿਆ ਕਰੋ ਮੈਂ ਆਹ ਅਰਜ਼ ਕਰਾਂਗੀ ਸਾਰੀ ਉਸ ਤੋਂ ਬਾਅਦ ਹਰ ਪੱਖੋਂ ਬੜੀ ਹੀ ਕਿਰਪਾ ਹੋ ਗਈ ਸ਼ੁਕਰ ਹੈ ਉਹਨਾਂ ਇੱਜ਼ਤ ਦੀ ਜ਼ਿੰਦਗੀ ਵਾਪਸ ਦਿੱਤੀ ਜਦੋਂ ਮੇਰਾ ਦਿਲ ਕਰਦਾ ਸੀ ਮਾਂ ਮਾਤਾ ਜੀ ਨਾਲ ਫੋਨ ਤੇ ਗੱਲ ਕਰਕੇ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਸੀ ਸਦਾ ਹੀ ਰਾਣੀ ਜੀ ਕਹਿ ਕੇ ਪਿਆਰ ਨਾਲ ਸਾਰਾ ਹਾਲ-ਜਲ ਪੁੱਛਦੇ ਸਨ ਤੇ ਮੇਰਾ ਦੁੱਖ ਦੂਰ ਕਰ ਦਿੰਦੇ ਸਨ ਜਿੰਨਾ ਵੀ ਮਾਤਾ ਜੀ ਦਾ ਤਾਨਵਾਦ ਕਰਾਂ ਉਹ ਥੋੜਾ ਹੀ ਹੈ ਏ ਮਾਤਾ ਜੀ ਦੀ ਹੀ ਕਿਰਪਾ ਹੈ ਕਿ ਉਹਨਾਂ ਸ੍ਰੀ ਸਾਧਗੁਰੂ ਜੀ ਦਾ ਹੁਕਮ ਸੁਨਾਇਆ ਅਤੇ ਸਾਨੂੰ ਗੁਰੂ ਗੱਦੀ ਦਾ ਸੂਰਜ ਬਖਸ਼ਿਆ ਸਾਧਗੁਰੂ ਦੇ ਸਿੰਘ ਜੀ ਨੂੰ ਗੱਦੀ ਤੇ ਬਿਠਾਇਆ ਏ ਤੇ ਸਾਨੂੰ ਗੁਰੂ ਵਾਲੇ ਬਣਾਇਆ ਹੈ ਸਾਰੇ ਹੀ ਆਕ ਲਈਏ ਤਾਨ ਤਾਨ ਮਾਤਾ ਚੰਦਗੌਰ ਜੀ ਤਾਨ ਤਾਨ ਸ੍ਰੀ ਸਾਧਗੁਰੂ ਜਗਜੀਤ ਸਿੰਘ ਜੀ ਉਹਨਾਂ ਦੇ ਚਰਨਾਂ ਤੇ ਸਾਡੀ ਅਨੇਕਾਂ ਅਨੇਕਾਂ ਵਾਰੀ ਡੰਡਾ ਬੰਦਨਾ ਹੈ